ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਬਾਧੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਕਹਿ ਰਹੇ ਨੇ ਅਮਰਤਾ ਪਾਲ ਸਿੰਘ ਦੇ ਭਰਾ ਦੇ ਗ੍ਰਿਫਤਾਰੀ ਤੇ ਚੁੱਕੇ ਸਵਾਲ ਫਾਰਜੀ ਰਿਕਵਰੀ ਦਾ ਸ਼ੱਕ ਜਤਾ ਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਦਸੇ ਸਾਜ਼ਿਸ਼ ਸਾਂ ਦੋਸਤੋ ਖਡੂਰਾ ਸਾਉਂਦ ਸਾਂਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰਗ ਸਮੇਤ ਗ੍ਰਫਤਾਰ ਕਰਨ ਦਾ ਦਾਵਾ ਕੀਤਾ ਹੈ। ਪੁਲਿਸ ਦੇ ਮੁਤਾਬਕ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸਾ ਡਰਗ ਦੇ ਨਾਮ ਨਾਲ ਇੱਕ ਗੈਸ ਸਲਾਈਟਰ ਤੇ ਇੱਕ ਸਿਲਵਰਾ ਪੇਪਰ ਵੀ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਸੁਖਪਾਲ ਖਰੜ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੂੰ ਸੁਖਪਾਲ ਸਿੰਘਾ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬ ਪਲੱਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦੇ ਟੂਲ ਬਣ ਗਿਆ ਤੇ ਮੈਨੂੰ ਡਿਬਰਗੜ੍ਹ ਵੇਕੇ ਐਨਐਸ ਦੇ ਅਦੇਨਾ ਨਾજરਬੰਦ ਦਾ ਪਾਈ ਅਮਰਤਾ ਪਾਲ ਸਿੰਘ ਦੇ ਭਰਾ ਹਰਪ੍ਰੀਤ ਸੰਗਤੋ ਮਿਲੇ ਨਾਸ਼ਨ ਦੇ ਅਸਲੀਅਤ ਬਾਰੇ ਸ਼ੱਕ ਹੈ ਜੇ ਪੰਜਾਬ ਪਲੱਸ 9 ਸਾਲਾਂ ਬਾਅਦ ਐਨਡੀਪੀਐਸ ਕੇਸ ਵਿੱਚ ਤੀਜੀ ਵਾਰ ਵਿਧਾਇਕ ਬਣੇ ਮੇਰੇ ਵਿਰੁੱਧ ਰਿਕਵਰੀ ਕਰਵਾ ਸਕਦੇ ਆ ਤੇ ਉਹ ਵੀ ਐਨਡੀਪੀਐਸ ਕੇਸਨ ਵਿੱਚ ਕੈਦ ਦਾ ਕਟਰੇ ਇੱਕਾ ਕਠੋਰਾ ਮਜਰਮਦੇਹ ਬਿਆਨਾਤੇ ਤਾਂ ਹਰਪ੍ਰੀਤ ਸਿੰਘ ਦੇ ਬਰਾਦ ਫਰਜੀ ਰਿਕਵਰੀ ਕਿਉਂ ਨਹੀਂ ਹੋ ਸਕਦੀ ਸ਼ਿਵਸੈਨਾ ਆਗੂ ਅਮੇਤਾ ਅਰੋੜਾ ਨੂੰ ਮਿਲੀ ਜਾਨ ਨੂੰ ਮਾਰਨ ਦੀ ਧਮਕੀ ਇੱਕ ਆਗੂ ਤੇ ਪਹਿਲਾਂ ਹੋ ਚੁੱਕਿਆ ਜਾਨਲੇਵਾ ਹਮਲਾ ਜਾਂ ਉਸ ਤੋਂ ਲਦਣ ਦੇ ਬੱਚਾ ਸ਼ਿਵਸੈਨਾ ਆਗੂ ਸੰਦੀਪ ਥਾਪਰ ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਹਜੇ ਸ਼ਾਂਤ ਨਹੀਂ ਹੋਇਆ ਸੀ ਕਿ ਅਣਪਛਾਤੇ ਲੋਕਾਂ ਨੇ ਸ਼ਿਵਸੈਨਾ ਦੇ ਇੱਕ ਹੋਰ ਆਗੂ ਨੂੰ ਫੋਨ ਕਰਕੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਧਮਕੀ ਪਰੇ ਫੂਨਾ ਮਿਲਣ ਤੋਂ ਬਾਅਦ ਸ਼ਿਵਸੇਨਾ ਆਗੂ ਨੇ ਡੀਜੀਪੀ ਪੰਜਾਬ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ ਹੁਣ ਸ਼ਿਵਸੇਨਾ ਦੇ ਆਪਾ ਪ੍ਰਧਾਨ ਅਮਿਤ ਅਰੂੜਾ ਨੂੰ ਜਾਨੂ ਮਾਰਨ ਦੀ ਧਮਕੀ ਮਿਲਿਆ ਅਮਿਤ ਅਰੂੜਨ ਦੱਸਿਆ ਕਿ ਉਹਨਾਂ ਦੇ ਮੋਬਾਈਲ ਤੇ ਬਾਹਰਲੇ ਨੰਬਰ ਤੋਂ ਕਿਸੇ ਅਣਪਛਾਤੇ ਵਿਅਕਤੀ ਦਾ ਕਾਲ ਆ ਤੇ ਜਸ ਨੇ ਉਸਦੇ ਨਾਲ ਦੁਰਵਿਵਹਾਰ ਕੀਤਾ ਤੇ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਨੇ ਦੱਸਿਆ ਕਿ ਉਸ ਨੇ ਪੂਨਾ ਨੰਬਰ ਸਮੇਤ ਪੂਨਾ ਕਾਲ ਦੀ ਸਾਰੀ ਰਿਕਾਰਡਿੰਗ ਐ ਡੀਜੀਪੀ ਪੰਜਾਬ ਤੇ ਸੀਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਭੇਜ ਦਿੱਤੀ ਹੈ ਦੱਸ ਰਿਹਾ ਕਿ 5 ਜੁਲਾਈ ਨੂੰ ਸ਼ਿਵ ਸੇਨਾ ਨੇਤਾ ਸੰਦੀਪਾ ਥਾਪਰ ਤੇ ਲੁਧਿਆਣਾ ਵਿੱਚ ਹਮਲਾ ਹੋਇਆ ਸੀ ਜਿਸ ਦਾ ਤੀਜਾ ਦੋਸ਼ੀ ਹਜੇ ਵੀ ਪੁਲਦ ਦੇ ਗ੍ਰਿਫਤ ਤੋਂ ਦੂਰ ਹੈ ਤੇ ਸ਼ਿਵ ਸੇਨਾ ਆਗੂਆਂ ਦਾ ਗੁੱਸਾ ਹਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਲੁਧਿਆਣਾ ਵਿੱਚ ਸ਼ਿਵ ਸੇਨਾ ਦੇ ਇੱਕ ਹੋਰ ਆਗੂ ਨੂੰ ਜਾਨੋਂ ਮਾਰਨ ਦੇ ਧਮਕੀ ਭਰਿਆ ਪੂਨਾ ਆਇਆ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੱਡੀ ਖਬਰ ਹੈ ਪੰਜਾਬ ਕੈਬਨਿਟ ਦੇ ਬੈਚ ਹੋ ਸਕਦਾ ਵੱਡਾ ਫਿਰ ਬਦਲਾ ਮਹਿੰਦਰਾ ਭਾਗਤ ਬਣ ਸਕਦੇ ਨੇ ਮੰਤਰੀ ਜਲੰਧਰ ਦੀ ਪੰਜਵੇਂ ਸੀਟ ਤੋਂ ਜਿਮਣੀ ਚੋਣਾਂ ਜਤਨ ਵਾਲੇ ਮਹੰਦਰਾ ਭਾਗਤ ਅਗਲੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਚਾ ਮੰਤਰੀ ਬੱਜੋ ਸੌ ਚੱਕ ਸਕਦੇ ਹਨ ਤਹਿਦੀਆਂ ਤਿਆਰੀਆਂ ਸ਼ੁਰੂ ਹੋਗੀਆਂ ਨਸੂਤਰਾਂ ਦੇ ਅਨੁਸਾਰ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਤੇ ਸਮਾਂ ਮਿਲਦੇ ਉਹਨਾਂ ਨੂੰ ਸੌ ਚੁਕਾਈ ਜਾ ਸਕਦੇ ਆ ਸੂਤਰਾਂ ਦੇ ਮੁਤਾਬਕ ਗਰਮੀਤ ਅਮੀਤ ਹਰਨੇ ਲੋਕ ਸਭਾ ਚੋਣਾਂ ਜਤੰਤ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਸ ਤੋਂ ਬਾਅਦ ਉਹਨਾਂ ਦੇ ਤਾਂ ਕੋਈ ਨਵਾਂ ਮੰਤਰੀ ਨਹੀਂ ਸੀ ਬਣਾਇਆ ਗਿਆ ਅਜਾਹਰ ਬੈਚਾ ਮਨਦਰ ਭਗਤ ਸੂਬੇ ਦੇ ਖੇਡ ਮੰਤਰੀ ਬਣ ਸਕਦੇ ਹਨ ਕਿਉਂਕਿ ਜਲੰਧਰ ਖੇਡ ਆਉਦਯੋਗ ਦਾ ਹੱਬ ਹੈ ਅਜਾਹਰ ਬੈਚਾ ਇਹ ਵਿਭਾਗ ਉਹਨਾਂ ਦੇ ਲਈ ਬਧੇਰੇ ਟੋਕਮ ਮੰਨਿਆ ਜਾਂਦਾ ਸੂਤਰਾ ਦੇ ਮੰਨਿਆ ਤਾਂ ਪੰਜਾਬ ਸਰਕਾਰ ਦੇ ਬਲੋਂ ਮੰਤਰੀ ਮੰਡਲ ਦੇ ਬੈਚ ਚ ਕੋਈ ਬਹੁਤਾ ਫੇਰ ਬਦਲਾ ਨਹੀਂ ਕੀਤਾ ਗਿਆ ਹੈ ਕੇਵਲ ਭਗਤ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਸ਼ੰਭੂ ਮੋਰਚਾ ਕਿਸਾਨ ਜੱਥੇਬੰਦੀਆਂ ਦੇ ਬਲੋਂ ਦਿੱਲੀ ਕੋਚ ਦਾ ਵੱਡਾ ਫੈਸਲਾ ਨਿਆਣੋਸਤੋ ਭਾਰਤੀ ਕਿਸਾਨ ਜਨਨ ਇਕਤਾ ਸਿੱਧੂਪੁਰ ਦੇ ਮੀਟਿੰਗ ਆ ਸੁਭਾ ਪ੍ਰਧਾਨ ਜਗਜੀਤ ਸਿੰਘਾ ਡੱਲੇਵਾਲ ਜਸਬੀਰ ਸਿੰਘਾ ਸਿੱਧੂਪੁਰ ਕਾਕਾ ਸਿੰਘਾ ਕੋਟੜਾ ਮਹਿਰ ਸਿੰਘਾ ਥੇੜੀ ਅਤੇ ਮਾਨ ਸਿੰਘ ਰਾਏਪੁਰਾ ਦੇ ਪ੍ਰਧਾਨ ਕੇ ਬੈਠ ਹੋਏ ਸੁਭਾ ਜਨਰਲ ਸਕੱਤਰ ਕਾਕਾ ਸਿੰਘਾ ਕੋਟੜਾ ਨੇ ਕਹਿ ਕੇ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਕਿ ਰਾਸਤੇ ਕਿਸਾਨਾਂ ਨੇ ਨਹੀਂ ਸਗੋ ਹਰਿਆਣਾ ਸਰਕਾਰ ਦੇ ਵੱਲ ਬੰਦ ਕੀਤੇ ਗਿਆਨ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਵਿੱਚ ਰਾਸਤੇ ਖੋਲਣ ਦਾ ਹੁਕਮ ਦਿੱਤਾ ਗਿਆ ਆਗੂਆਂ ਨੇ ਅੱਗੇ ਕਹਿ ਕੇ ਸੰਯੋਗ ਤੱਕ ਕਿਸਾਨ ਮੋਰਚਾ ਗੈਰਾਇਨੀ ਤੱਕਾ ਕਿਸਾਨ ਮਜ਼ਦੂਰਾ ਸੰਘਰਸ਼ ਕਮੇਟੀ ਦੇ ਦੋਮਾ ਫੋਰਮਾਂ ਦੇ ਬੋਲੋ ਦਿੱਲੀ ਚਲੋ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਉਤੇ ਉਸੇ ਤਰ੍ਹਾਂ ਅਮਲ ਕੀਤਾ ਜਾਵੇਗਾ ਤੇ ਜਦੋਂ ਵੀ ਰਾਸਤੇ ਖੋਲਦੇ ਹਨ ਤੇ ਉਹ ਦਿੱਲੀ ਵੱਲ ਕੂਚ ਕਰਨਗੇ ਇਸੇ ਤਰ੍ਹਾਂ 14 ਜੁਲਾਈ ਨੂੰ ਕਨੌਰੀ ਬਾਰਡਰ ਤੇ ਐਮਰਜੈਂਸੀ ਮੀਟਿੰਗ ਸੱਦੀ ਗਈ ਜਗਜੀਤ ਸਿੰਘ ਅੰਗੜਲੇਵਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਜ਼ਿਲ੍ਹਾ ਟੀਮਾਂ ਬਲਕ ਟਿਮਾ ਤੇ ਪੈਂਡਾ ਕਾਈਆਂ ਨੂੰ ਦਿੱਲੀ ਕੋਚ ਲਈ ਹਰ ਸਮੇਂ ਤਿਆਰ ਰਹਿਣ ਦੇ ਲਈ ਆਖਿਆ ਗਿਆ। ਮੋਰਚਿਆਂ ਦੇ ਵਿੱਚ ਜਿੰਨੇ ਵੀ ਪੱਕੇ ਘਾਰ ਬਣਾਏ ਗਏ ਨੇ ਤੇ ਉੱਥੇ ਹਰ ਪਿੰਡ ਤੋਂ 5 ਤੋਂ 7 ਜਣਾਂ ਨੂੰ ਹਾਜ਼ਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਤਾਂ ਜੋ ਘਰਾਂ ਨੂੰ ਟਰਾਲੀਆਂ ਦੇ ਵਿੱਚ ਲੋਡ ਕੀਤਾ ਜਾ ਸਕੇ। ਇਸ ਤਰ੍ਹਾਂ ਮੋਰਚੇ ਤੇ ਖੜੇ ਟਰੈਕਟਰਾਂ ਟਰਾਲੀਆਂ ਦੇ ਵਿੱਚ ਤੇਲ ਪਾਣੀ ਚੈੱਕ ਕਰਕੇ ਤਿਆਰ ਰਹਿਣਾ ਤੇ ਪਿੰਡਾਂ ਦੇ ਵਿੱਚ ਆਉਣ ਵਾਲੀਆਂ ਹੋਰ ਟਰੈਕਟਰਾਂ ਟਰਾਲੀਆਂ ਨੂੰ ਹਰ ਸਮੇਂ ਤਿਆਰ ਕਰਕੇ ਰੱਖਣ ਦੇ ਲਈ ਆਖ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਦੂਮਾ ਫੋਰਮਾ ਦੇ ਮੀਟਿੰਗ ਮਗਰੋਂ ਕਿਸੇ ਸਮੇਂ ਬਿਦਲੀ ਕੋਚ ਦੇਲੇ ਐਲਾਨ ਕੀਤਾ ਜਾ ਸਕਦਾ ਹੈ ਕਿ ਸੰਨ ਮੰਗ ਕਿਹਾ ਕਿ ਹਰਿਆਣਾ ਸਰਕਾਰ ਦੇ ਬੁੱਲੋ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਿਆ ਤੇ ਇਸ ਲਈ ਹਰਿਆਣਾ ਸਰਕਾਰ ਦੇ ਖਿਲਾਫ ਅਦਾਲਤੀ ਕੇਸ ਅਰਜ ਕੀਤਾ ਜਾਵੇ ਅਮਰਸਰਦ ਵਿੱਚ ਬਾਈਬਲ ਦੀ ਹੋਈ ਬੀਆਰਬੀ ਗਲੀ ਦੇ ਵਿੱਚ ਅੱਗ ਲਾ ਕੇ ਸੁੱਟਿਆ ਮਾਹੌਲ ਹੋਇਆ ਤਣਾਪੂਰਨ ਨਯਾ ਉਸਤੋ ਅਮਰਾ ਸਰ ਦੇ ਵਿਚ ਬਾਈਬਲ ਦੇ ਬੀਆਰਬੇ ਦਾ ਵੱਡਾ ਮਾਮਲਾ ਸਾਹਮਣੇ ਆਤੇ ਜਿਸ ਤੋਂ ਬਾਅਦ ਲੋਪੋਕੇ ਅਤੇ ਅਜਨਾਲਾ ਦੀਆਂ ਅਸਾਈ ਧਾਰਮਿਕ ਜਥੇਬੰਦੀਆਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਘਟਨਾ ਤੋਂ ਬਾਅਦ ਲੋਪੋਕੇ ਪੁਲਿਸ ਹਰਕਤ ਵਿੱਚ ਆਈ ਅਤੇ ਬਾਈਬਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀਆ ਡੀਐਸਪੀ ਗੁਰਿੰਦਰ ਪਾਲ ਸਿੰਘਾ ਨਾਗਰਾਨ ਦੱਸਿਆ ਕਿ ਪੁਲਿਸ ਨੇ 2 ਘੰਟੇ ਦੇ ਵਿੱਚ ਮਲਜਬਾ ਨੂੰ ਫੜ ਲਿਆ ਹੈ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਨੇ ਕੀਤੇ ਗ੍ਰਿਫਤਾਰ ਸਬੀਰੇ ਅਮਰਜ ਸਰਦਲ ਉਪੋਕੇ ਕਸਬਿਤ ਦੇ ਪਿੰਡ ਮਦੋਕੇ ਤੋਂ ਪੁਲਤ ਦੇ ਨਾਲ ਬਾਈਬਲ ਦੀ ਬੀਆਰਬੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਲੋਕ ਸਬੀਰੇ ਪਿੰਡ ਦੇ ਬਾਹਰ ਨਿਕਲੇ ਤਾਂ ਰਸਤੇ ਵਿੱਚ ਬਾਈਬਲਾਂ ਸੁੱਟੀਆਂ ਅਤੇ ਸਾੜ ਦਿੱਤੀਆਂ ਗਈਆਂ ਬਾਈਬਲਾਂ ਵੀ ਉਸਲਾ ਕਰੇ ਬੈਚਾ ਸੁੱਟੀਆਂ ਗਈਆਂ ਜਿੱਥੇ ਅਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਸਨ ਮਹੌਲਾ ਬਗੜਦਾ ਦੇਖ ਪੁਲਿਸ ਤਰਾਂਤ ਮੌਕੇ ਤੇ ਪਹੁੰਚ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਦੋ ਨੌਜਵਾਨਾਂ ਗੁਰਪ੍ਰੀਤ ਸੰਗਤ ਤੇ ਕਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੇ ਬੱਚਾ ਬੈਗ ਫ੍ਰੀ ਡੇ ਦੀ ਸ਼ੁਰੂਆਤ ਜਿਆਂ ਉਸ ਤੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸਰਜਨਾਤਮਕਤਾ ਨੂੰ ਹਲਾਰਾ ਦੇਣ ਅਤੇ ਤਨਾਅ ਰਹਿਤ ਸਿੱਖਣ ਦਾ ਤਿਆਰਬਾ ਪ੍ਰਦਾਨ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਨੇ ਬੱਚਾ ਵਸਤਾ ਰਹਿਤਾ ਦੇਵਸਾ ਬੈਗ ਮੁਕਤ ਦੇਵਸਾ ਦੀ ਸ਼ੁਰੂਆਤ ਕੀਤੀ ਹੈ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਉਹਨਾਂ ਦਾ ਕਹਿਣਾ ਕਿ ਇਸ ਪ੍ਰਾਲੇ ਦੇ ਤਹਿਤ ਉਦਿਆਰਥੀਆਂ ਨੂੰ ਹਰ ਮਹੀਨੇ ਦੇ ਆਖਰੀ ਸਨੇਚਰ ਬਾਰ ਨੂੰ ਸਕੂਲ ਬੈਗ ਆ ਲਿਆਉਣ ਦੇ ਲੋੜ ਨਹੀਂ ਹੈ ਫਾਜ਼ਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਿਵਪਾਲ ਸੰਗਨ ਦੱਸਿਆ ਕਿ ਬੈਗ ਮੁਕਤਾ ਦੇਵਸ ਤੇ ਕੋਈ ਨਿਜਮਾਤਕ ਕਲਾਸਾਂ ਨਹੀਂ ਲੱਗਣਗੀਆਂ ਤੇ ਰਵਾਇਤੀ ਕਲਾਸਾਂ ਦੇ ਬਜਾਏ ਅਰਾਪਟਿੰਗਾ ਕਹਾਣੀ ਸੁਣਾਉਣ ਕਲਾਸ ਡਿਸਕਸ਼ਨ ਅਤੇ ਯੁਗਾ ਵਰਗਾਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਤੇ ਉਹਨਾਂ ਦਾ ਕਹਿਣਾ ਕਿ ਇਸ ਪੈਲ ਕਰਮੀ ਦਾ ਉਦੇਸ਼ ਤਨਾਅ ਮੁਕਤ ਸਿੱਖਣ ਦਾ అనుਭਵ ਪ੍ਰਦਾਨ ਕਰਨਾ ਰਚਨਾਤਮਕਤਾ ਤੇ ਹੁਨਰ ਨੂੰ ਵਧਾਉਣਾ ਤੇ ਬੱਚਿਆਂ ਦਾ ਸਰਪੱਖੀ ਵਿਕਾਸ ਕਰਨਾ ਹੈ ਆਦਲਕਾ ਦੇ ਡੈਪਟੀ ਕਮਿਸ਼ਨਰ ਸੇਨੂ ਦੁੱਗਲ ਦਾ ਕਹਿਣਾ ਹੈ ਕਿ ਬੈਗ ਫਰੀ ਡੇ ਤੇ ਵਿਦਿਆਰਥੀ ਸਕੂਲ ਦੇ ਵਿੱਚ ਬੈਗ ਨਹੀਂ ਲਿਆਉਣਗੇ ਤੇ ਉਸ ਦਿਨ ਮਨੋਰੰਜਨਕ ਗਤੀਵਿਧੀਆਂ ਹੋਣਗੀਆਂ ਪੰਜਾਬ ਚ ਸਨਰੂਪ ਵਾਲੀਆਂ ਗੱਡੀਆਂ ਦੇ ਲਈ ਨਵੇਂ ਹੁਕਮਾਂ ਜਾਰੀ ਪੰਜਾਬ ਪੁਲਿਸ ਨੂੰ ਮਿਲੀਆਂ ਇਹ ਨਵੀਆਂ ਹਦਾਇਤਾਂ ਵਾਹਨ ਚਾਲਕਾਂ ਦੇ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆ ਪੰਜਾਬ ਦੇ ਵਿੱਚ ਆਉਣ ਲਗ ਜਰੀ ਗੱਡੀਆਂ ਦੇ ਉੱਪਰ ਬਣੇ ਸਨਰੂਪ ਦੇ ਵਿੱਚੋਂ ਨਿਕਲ ਕੇ ਸ਼ੁਰਮਾ ਚਾਉਣ ਵਾਲਿਆਂ ਦੇ ਖਿਲਾਫ ਕਾਰਬੇ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਸਬੰਦੇ ਲੈ ਕੇ ਹੁਕਮ ਵੀ ਜਾਰੀ ਹੋਇਆ ਪੰਜਾਬ ਪੁਲਿਸ ਦੇ ਵਿਧੇਕਾ ਡਾਇਰੈਕਟਰ ਜਨਰਲ ਨੇ ਇਸ ਸਬੰਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਪੱਤਰ ਜਾਰੀ ਕੀਤਾ ਹੈ ਪੱਤਰ ਦੇ ਵਿੱਚ ਇਹ ਕਿਹਾ ਗਿਆ ਕਿ ਬੱਚੇ ਕਾਰਾਂ ਦੀ ਛੱਤ ਤੇ ਸਨਰੂਪ ਰਾਈ ਨਕਲਦਾਂ ਤੇ ਨੈਸ਼ਨਲ ਹਾਈਵੇਅ ਸੂਬੇ ਤੇ ਸ਼ਹਿਰ ਦੇ ਵਿੱਚ ਰੌਲਾ ਪਾਉਂਦੇ ਹਨ ਜਿਸ ਕਾਰਨ ਡਰਾਈਵਰ ਦਾ ਧਿਆਨ ਪੜਕ ਜਾਂਦਾ ਤੇ ਹਰ ਸਿੱਧਾ ਡਰ ਬਣ ਰਹਿਦਾ ਹੈ ਦੇ ਖਿਲਾਫ ਬੰਗਲੌਰੂ ਪੁਲਿਸ ਦੇ ਵੱਲੋਂ ਦਿਲਾਣ ਪੇਸ਼ ਕੀਤੇ ਜਾ ਰਹੇ ਤਹਿਤ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਆਵੇ ਕਿ ਜੇਕਰ ਚੈਕਿੰਗ ਦੇ ਦੌਰਾਨ ਕੋਈ ਅਜਾਈ ਗੱਲ ਉਹਨਾਂ ਦੇ ਧਿਆਨ ਵਿੱਚ ਆਉਂਦਾ ਤਾਂ ਉਹਨਾਂ ਦੇ ਵਿਰੁੱਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਵਿੱਚ ਗਰਮੀ ਤੋਂ ਨਹੀਂ ਮਿਲੇਗੀ ਕੋਈ ਰਾਹਤ ਹੋਰ ਵੀ ਵੱਧ ਸਕਦੀ ਹੈ ਗਰਮੀ ਬੀਤੇ ਦਿਨਾਂ ਦੇ ਬੈਚਾਂ ਕਈ ਸ਼ਰਨ ਬੈਚ ਹੋਈ ਹਲਕੇ ਬਾਰਿਸ਼ ਤੋਂ ਬਾਅਦ ਅੱਜ ਮੜ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਆ ਵਾਦਾ ਹੋਣ ਦਾ ਅਨੁਮਾਨ ਮੌਸਮਾ ਵਿਭਾਗ ਦੇ ਬੋਲ ਲਗਾਇਆ ਜਾ ਰਿਹਾ ਹੈ ਜਦ ਦੇ ਨਾਲ ਤਾਪ ਕਾਰਨ ਕਈ ਜ਼ਿਲਾਂ ਦੇ ਵਿੱਚ ਭਾਰੀ ਗਰਮੀ ਪੈ ਸਕਦੇ ਆ ਤੇ ਇਹਨਾਂ ਸਭ ਦੇ ਵਿੱਚਕਾਰ ਮੌਸਮਾ ਵਿਭਾਗ ਦੇ ਬੋਲ ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ 4 ਡਿਗਰੀ ਤਾਪਮਨ ਜਿਆਦਾ ਰਿਕਾਰਡ ਕੀਤਾ ਗਿਆ ਜਿਸ ਨੇ ਲੋਕਾਂ ਦੀ ਪਰੇਸ਼ਾਨੀ ਕਾਫੀ ਵਧਾ ਦਿੱਤੀ ਤੇ ਹੱਦ ਦੇ ਨਾਲ ਹੀ ਹਮਸ ਨੇ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਪੰਜਾਬ ਦਾ ਸਭ ਤੋਂ ਬਾਅਦ ਦਾ ਤਾਪਮਨ 38.1 ਪਠਾਨਕੋਟ ਦੇ ਵਿਚ ਵਿਚ ਦਰਜ ਕੀਤਾ ਗਿਆ ਜਾਣੋ ਕਿਹੜੇ ਜ਼ਿਲ੍ਹੇ ਦੇ ਵਿਚ ਅੱਜ ਪੈ ਸਕਦਾ ਹੈ ਮੀਂਹ ਮੌਸਮ ਵਿਭਾਗ ਨੇ ਜਾਣ ਕਰਦੰਦ ਦੱਸਿਆ ਕਿ ਲੁਧਿਆਣਾ ਜਲੰਧਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਦੇ ਵਿਚ ਅਗਲੇ 3 ਦਿਨ ਹਲਕੇ ਬੱਦਲ ਛਾਈ ਰਹਿਣਗੇ ਅਤੇ ਅੰਤਭਾਰ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ਦੇ ਵਿਚ ਅਗਲੇ 3 ਦਿਨ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਿਆ ਤੇ ਉੱਥੇ ਹੀ ਪਟਿਆਲਾ ਵਿੱਚ ਸੋਮਵਾਰ ਦੇ ਧੁੱਪ ਤੋਂ ਬਾਅਦ ਅਗਲਾ ਸਾਰਾ ਹਫਤਾ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ 1 ਤੋਂ ਲੈ ਕੇ 13 ਜੁਲਾਈ ਤੱਕ ਪੰਜਾਬ ਦੇ ਬੇਚ ਆਮ ਦੇ ਨਾਲੋਂ 13% ਦੀ ਘਟਮੀ ਪਿਆ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 15 ਤੋਂ ਲੈ ਕੇ 17 ਜੁਲਾਈ ਦੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਜਿਆਦਾ ਮਤਲਬ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਬੇਚ ਆ ਮੀਂਹ ਨਾ ਪੈਣ ਦੀ ਸੰਭਾਵਨਾ ਹੈ ਕਿਰਬਾਲ ਨੂੰ ਮਾਰਨ ਦੇ ਹੋ ਰਿਹਾ ਸਾਜ਼ਿਸ਼ ਜੇ ਕੁਝ ਹੋਇਆ ਆਤਿਸ਼ੀ ਨੇ ਭਾਇਪਾ ਬਾਰੇ ਕੀ ਕੁਝ ਕਿਹਾ ਜਾਣੋ ਜियां ਦੋਸਤ ਅਰਵਿੰਦਾ ਕਿਰਬਾਲ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਭਾਇਪਾ ਤੇ ਹਮਲਾ ਬੋਲ ਰਹੀਆ ਦਲੀ ਸਰਕਾਰ ਦੇ ਮੰਤਰੀ ਅਤੇ ਆਪ ਨੇਤਾ ਆਤਿਸ਼ੀ ਨੇ ਭਾਇਪਾ ਤੇ ਇਲਜ਼ਾਮ ਲਗਾਉਂਦੇ ਕਹਿ ਕੇ ਭਾਇਪਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਾ ਕਿਰਬਾਲ ਨੂੰ ਫਰਜੀ ਮਾਨ ਰਵੇਚਾ ਗ੍ਰਿਫਤਾਰ ਕੀਤਾ ਹੈ ਪਾਈਪਾ ਨੂੰ ਅਰਬਿੰਦਾ ਕੇਰਵਲ ਦਾ ਕੰਮ ਪਸੰਦ ਨਹੀਂ ਆ ਉਹ ਸਕੂਲ ਹਸਪਤਾਲ ਬਿਜਲੀ ਕਿਤੇ ਵੀ ਅਜਿਹੇ ਕੰਮ ਨਹੀਂ ਕਰ ਸਕਦੀ ਆ ਤੇ ਸਿੱਧਾ ਕਹਿਣਾ ਹੈ ਕਿ ਅਰਬਿੰਦਾ ਕੇਰਵਲ ਦੀ ਸਿੱਖ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਹੈ ਅਰਬਿੰਦਾ ਕੇਰਵਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾਰੀਆ ਦੇ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਤਾਨਾਸ਼ਾਹੀ ਤਰਫੋਂ ਵਿਰੋਧੀ ਨੇ ਤਾਮਨ ਜੇਲ੍ਹ ਦੇ ਵਿੱਚ ਆ ਡੱਕਿਆ ਜਾ ਰਿਹਾ ਹੈ ਜੇਲ੍ਹ ਵਿੱਚ ਆ ਪਹਿਲਾ ਕੇਰਵਲ ਨੂੰ ਇਨਸੂਲਿਨ ਨਾਲ ਦੇਣ ਤੋਂ ਆ ਨਾ ਕਣੀ ਕੀਤੀ ਗਈ ਤੇ ਉਹਨਾਂ ਨੂੰ ਡਾਕਟਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਭਾਵੇਂ ਮੱਖ ਮੰਤਰੀ ਸ਼ੂਗਰ ਦੇ ਮਰੀਜ਼ ਹਨ ਸੀਬੀਆਈ ਦੇ ਗ੍ਰਿਫਤਾਰੀਆਂ ਨੂੰ ਲੈ ਕੇ ਭਾਈਪਾ ਤੇ ਹਮਲਾ ਉਹਨਾਂ ਦਾ ਕਹਿਣਾ ਹੈ ਕਿ ਮੱਖ ਮੰਤਰੀ ਨੂੰ ਅਦਾਲਤ ਤਰਾਹੀ ਇਨਸੂਲਿਨ ਅਤੇ ਡਾਕਟਰ ਮਿਲਿਆ ਤੇ ਹਟ ਲਈ ਅਦਾਲਤ ਨੇ ਜ਼ਮਾਨਤ ਦਿੱਤੀ ਤਾਂ ਭਾਈਪਾ ਸਮਝ ਗਏ ਸੀ ਕਿ ਅਰਵਿੰਦਾ ਕਿਰਵਾਲ ਜਲਦੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਇਸ ਦਰਾਨ ਮੱਖ ਮੰਤਰੀ ਅਰਵਿੰਦਾ ਕਿਰਵਾਲ ਨੂੰ ਸੀਬੀਆਈ ਦੇ ਗ੍ਰਫਤਾਰੀ ਦੇ ਕਾਰਨ ਮੱਖ ਮੰਤਰੀ ਅਰਵਿੰਦਾ ਕਿਰੀਬਾਲ ਜੇਲ੍ਹ ਦੇ ਬਚਨ ਈੜੀ ਮੰਡਲ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ। ਆਤੇ ਸ਼ੀ ਨੇ ਅੱਗੇ ਕਹਿ ਕੇ ਜੇਕਰ ਮੱਖ ਮੰਤਰੀ ਨੂੰ ਕੁਝ ਹੁੰਦਾ ਤਾਂ ਭਾਇਪਾ ਹੋਵੇਗੀ ਜ਼ਿੰਮੇਵਾਰ ਅਰਵਿੰਦਾ ਕਿਰੀਬਾਲ ਸਰਕਾਰ ਦੇ ਮੰਤਰੀ ਦਾ ਕਹਿਣਾ ਕਿ ਜੇਕਰ ਅਰਵਿੰਦਾ ਕਿਰੀਬਾਲ ਨੂੰ ਕੁਝ ਹੁੰਦਾ ਤਾਂ ਸਾਰੀ ਜ਼ਿੰਮੇਵਾਰੀ ਭਾਇਪਾ ਦੇ ਹੋਵੇਗੀ ਅਰਵਿੰਦਾ ਕਿਰੀਬਾਲ ਪਿਛਲੇ 30 ਸਾਲਾਂ ਤੋਂ ਸ਼ੂਗਰ ਦੇ ਮਰੀਜ਼ਾਂ ਤੇ ਕਿਰੀਬਾਲ ਦਾ ਸ਼ੂਗਰ ਲੈਵਲ 5 ਗੁਣਾ ਘਟ ਗਿਆ ਸੀ 21 ਮਾਰਚ ਤੋਂ ਅੱਜ ਤੱਕ ਕਰ ਬੰਦਾ ਕਿਰਬਲ ਦਾ ਪਾਰ 8.5 ਕਿਲੋ ਘਟਿਆ ਫਿਲਹਾਲ ਉਹਨਾਂ ਦਾ ਭਾਰ 61.5 ਕਿਲੋ ਹੈ ਜੇਕਰ ਮੁੱਖ ਮੰਤਰੀ ਨੂੰ ਕੁਝ ਵੀ ਹੋਇਆ ਤਾਂ ਦੇਸੀ ਨਹੀਂ ਭਗਵਾਨ ਵੀ ਭਾਏ ਪਾ ਨੂੰ ਮਾਪ ਨਹੀਂ ਕਰੇਗਾ ਹੁਣ ਅਮੀਰਾਂ ਲਈ ਮਾਫਤਾ ਬਿੱਲ ਦੀ ਸਬਸਿਡੀ ਹੋਵੇਗੀ ਬੰਦ ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਖੋ ਸਰਕਾਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ 125 ਮੁਫਤਾ ਬਈਲੇ ਜੁਨਾਟਾ ਦੇੰਦਾ ਵੱਡਾ ਫੈਸਲਾ ਹੈ ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਚਾ ਜਿਹੜੇ ਲੋਕ ਆ 300 ਮੁਫਤਾ ਬਈਲੇ ਜੁਨਾਟਾ ਦੇ ਉਮੀਦ ਆ ਕਰ ਸਨ ਉਹਨਾਂ ਨੂੰ ਹੁਣ 125 ਜੁਨਟ ਵੀ ਮਿਲਣ ਲੱਗੇ ਦਰਸਾਲਾ ਸ਼ੁਕਰਵਾਰ ਨੂੰ Shimla ਦੇ ਬੱਚਾ ਸੁਕੂ ਕੈਬਨਟ ਦੇ ਬੈਠ ਕੋਈ ਇਸ ਤੇ ਐਸਾ ਮੀਟਿੰਗ ਦੇ ਬੱਚਾ ਸਰਕਾਰ ਨੇ ਫੈਸਲਾ ਕੀਤਾ ਕਿ ਸੂਬੇ ਦੇ ਬੱਚਾ ਆਮਦਨ ਕਰ ਦਾਤਾਮਾ ਮੰਤਰੀਆਂ ਵਿਧਾਇਕਾਂ ਸਾਬਕਾ ਵਿਧਾਇਕਾਂ ਤੇ ਅਧਿਕਾਰਗਣ ਨੂੰ ਬਿਜਲੀ ਸਬਸਿਡੀ ਨਹੀਂ ਦਿੱਤੇ ਆਵਗੇ ਨਾਲ ਹੀ ਹੁਣ ਇੱਕ ਘਰ ਪਰਿਵਾਰ ਦੇ ਵਿਚ 1 ਮੀਟਰ ਦੇ ਆਧਾਰ ਤੇ 125 ਰੁਪਏ ਮੁਫਤਾਂ ਮਿਲਣਗੇ